ਦੇਖੋ ਇਸ ਤਰ੍ਹਾਂ ਕਿ ਦੇਸ਼ ਦੀ ਨਿਆਇਕ ਪ੍ਰਣਾਲੀ ਅਤੇ ਜੁਡੀਸ਼ੀਅਲ ਸਿਸਟਮ ਦੇ ਉੱਪਰ ਸਾਨੂੰ ਰੱਬ ਜਿੱਡਾ ਯਕੀਨ ਹੈ, ਪਰ ਜੋ ਫੈਕਟਸ ਨੇ ਉਹ 2008 ਦੇ ਵਿੱਚ ਮੇਰੇ ਮਦਰ ਨੂੰ ਸਾਡੇ ਜੀਜਾ ਰਜਿੰਦਰ ਦੀ ਭਾਅ ਜੀ ਨੇ ਅੰਦਰ ਬੰਦ ਕਰਕੇ ਇਹਨਾਂ ਦੇ ਸੱਟ ਮਾਰਨ ਦੀ ਕੋਸ਼ਿਸ਼ ਕੀਤੀ ਸੀਗੀ, ਅਤੇ ਜਦੋਂ ਅਸੀਂ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਸੱਟਾਂ ਵੱਜੀਆਂ, ਮੇਰੇ ਸਿਰ ਦੇ ਵਿੱਚ ਟਾਂਕੇ ਲੱਗੇ, ਕਈ ਦਿਨ ਹਸਪਤਾਲ ਦੇ ਵਿੱਚ ਐਡਮਿਟ ਰਿਹਾ। 308 ਦਾ ਪਰਚਾ ਸਾਡੇ ਵੱਲੋਂ ਦਰਜ ਹੋਇਆ ਸੀਗਾ, ਪਰ 2012 ਦੀ ਇਲੈਕਸ਼ਨਾਂ ਤੋਂ ਪਹਿਲਾਂ ਸਾਡਾ ਆਪਸ ਦੇ ਵਿੱਚ ਕੰਪਰੋਮਾਈਜ਼ ਹੋ ਗਿਆ ਸੀਗਾ, ਕਿਉਂਕਿ ਦੀਪਾ ਜੀ ਨੂੰ ਇਹ ਮਹਿਸੂਸ ਹੋਇਆ ਕਿ ਜੇ ਕੰਪਰੋਮਾਈਜ਼ ਨਹੀਂ ਹੋਊਗਾ ਤਾਂ ਸ਼ਾਇਦ 2012 ਦੀ ਟਿਕਟ ਕਾਂਗਰਸ ਦੀ ਸਾਨੂੰ ਦੋਨਾਂ ਨੂੰ ਹੀ ਨਹੀਂ ਮਿਲਣੀ ਹੈਗੀ। ਪਰ ਜਦੋਂ ਮੈਨੂੰ ਟਿਕਟ ਮਿਲ ਗਈ 2012 ਦੀ, ਅਤੇ ਉਦੋਂ ਇਹ ਆਪਦੇ ਸਮਝੌਤੇ ਤੋਂ ਮੁੱਕਰ ਗਏ, ਭੱਜ ਗਏ। ਮੈਂ ਖੜ੍ਹਾ ਰਿਹਾ, ਜਿਹੜੀ ਸਾਡੇ ਵੱਲੋਂ ਕੇਸ ਸੀਗਾ ਮੇਰੇ ਮਦਰ ਵੱਲੋਂ, ਉਹ ਅਸੀਂ ਵਾਪਸ ਲੈ ਲਿਆ ਆਪਦੇ ਸਮਝੌਤੇ ਦੇ ਮੁਤਾਬਕ। ਪਰ ਉਹ ਜਿਨ੍ਹਾਂ ਨੇ ਇਸ ਹਾਦਸੇ 'ਤੇ ਤਕਰੀਬਨ 10-11 ਮਹੀਨੇ ਬਾਅਦ ਇੱਕ ਕੰਪਲੇਂਟ ਇਸਤਗਾਸਾ ਫਾਈਲ ਕੀਤਾ ਸੀਗਾ, ਉਹ ਮੁੱਕਰ ਗਏ, ਅਤੇ ਉਸ ਇਸਤਗਾਸੇ ਦੇ ਬਿਹਾਫ ਦੇ ਉੱਪਰ ਅੱਜ ਮਾਨਯੋਗ ਅਦਾਲਤ ਨੇ ਮੇਰੇ ਮਦਰ ਸਮੇਤ 84 ਸਾਲ ਦੇ ਨੇ, ਸਾਨੂੰ 9 ਜਣਿਆਂ ਨੂੰ ਸਜ਼ਾ ਜਿਹੜੀ ਉਹ 2 ਸਾਲ ਦੀ ਕੀਤੀ ਹੈ। ਪਰ ਮੈਂ ਇਹ ਮੰਨ ਕੇ ਚੱਲਦਾ ਕਿ ਰੱਬ ਦੇ ਘਰ ਦੇਰ ਹੈ, ਅੰਧੇਰ ਨਹੀਂ ਹੈਗਾ। ਜੋ ਵੀ ਇਸ ਤੋਂ ਬਾਅਦ ਅਸੀਂ ਹਾਇਰ ਕੋਰਟ ਦੇ ਵਿੱਚ ਅਪੀਲ ਕਰਾਂਗੇ, ਅਤੇ ਜੋ ਵੀ ਮਾਨਯੋਗ ਉੱਚ ਅਦਾਲਤਾਂ ਦਾ ਫੈਸਲਾ ਹੋਏਗਾ ਉਹ ਸਾਨੂੰ ਸਿਰ ਮੱਥੇ ਪ੍ਰਵਾਨ ਹੋਏਗਾ। ਸੋ ਇਹ ਅੱਜ ਦਾ ਸਰ ਕਾਨੂੰਨ ਮੁਤਾਬਕ MLA ਪਦ ਦੇ ਉੱਪਰ ਕੋਈ ਐਕਸ਼ਨ ਹੋ ਸਕਦਾ ਕਿਸ ਤਰੀਕੇ ਨਾਲ? ਦੇਖੋ, ਇਹ ਤਾਂ ਮੈਂ ਹੁਣ ਕੋਈ ਕਾਨੂੰਨੀ ਮਾਹਰ ਤਾਂ ਨਹੀਂ ਹੈ ਜੀ, ਤਾਂ ਜੋ ਕਾਨੂੰਨ ਵਿਵਸਥਾ ਦੇ ਵਿੱਚ ਜੋ ਪ੍ਰਾਵਧਾਨ ਹੋਣਗੇ ਉਹਦੇ ਬਾਰੇ ਮਾਨਯੋਗ ਸਾਡੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਨੇ, ਸਾਡੇ ਸਪੀਕਰ ਸਾਹਿਬ, ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨੇ ਫੈਸਲਾ ਲੈਣਾ। ਪਰ ਮੈਂ ਇਹ ਮੰਨ ਕੇ ਚੱਲਦਾ, ਸਾਡਾ ਪਰਮਾਤਮਾ ਜਾਣਦਾ ਕਿ ਸੱਚੇ ਸੀ, ਅਤੇ ਸੱਚ ਦੀ ਲੜਾਈ ਕਈ ਵਾਰੀ ਲੰਬੀ ਜ਼ਰੂਰ ਹੋ ਜਾਂਦੀ ਹੈ, ਪਰ ਜਿੱਤ ਜ਼ਰੂਰ ਹੁੰਦੀ ਹੈ। 15 ਸਾਲਾਂ ਦਾ ਫੈਸਲਾ ਰਜਿੰਦਰ ਦੀਪਾ ਨੇ ਕਿਹਾ ਕਿ ਉਹ ਤੁਸੀਂ ਖੁਦ ਉਹਨਾਂ ਦੇ ਘਰ ਗਏ, ਜਿਵੇਂ ਤੁਸੀਂ ਦੱਸਿਆ ਉਹ ਕਹਿ ਰਹੇ ਮੈਂ ਵੀ ਜ਼ਖਮੀ ਹੋਇਆ ਸੀ, ਤਾਂ ਤੁਸੀਂ ਉਹ ਤੁਹਾਡੇ 'ਤੇ ਇਲਜ਼ਾਮ ਲਗਾ ਰਹੇ ਨੇ ਵੀ ਤੁਸੀਂ ਉਹਨਾਂ ਦੇ ਪੂਰੀ ਫੈਮਿਲੀ ਨਾਲ ਕੋਈ ਮਾਤਾ ਨਹੀਂ ਕਰ? ਚਲੋ ਚਲੋ ਦੀਪਾ ਜੀ, ਰਿਸ਼ਤਾ ਸਾਡਾ ਸਤਿਕਾਰਯੋਗ ਹੈ, ਪਰ ਉਹ ਜਿਵੇਂ ਪੰਜਾਬੀ ਦੀ ਕਹਾਵਤ ਕਹਿੰਦੇ ਨੇ ਵੀ ਨਾ ਕਰੇ ਮਾੜਾ ਜੰਮੇ ਅਤੇ ਨਾ ਕਰੇ ਮਾੜਾ ਆਵੇ। ਹੁਣ ਮੈਨੂੰ ਹੋ ਜਾਂਦੀ, ਕੋਈ ਮੈਨੂੰ ਦੁੱਖ ਨਹੀਂ ਸੀਗਾ, ਕੋਈ ਅਫਸੋਸ ਨਹੀਂ ਹੈਗਾ। ਸਜ਼ਾਵਾਂ ਜਿਹੜੀਆਂ ਬੰਦਿਆਂ 'ਤੇ ਪੈਂਦੀਆਂ ਹੁੰਦੀਆਂ ਨੇ, ਮੈਂ ਦੁਬਾਰਾ ਕਹਿੰਦਾ ਕਿ ਕੋਰਟ ਦਾ ਫੈਸਲਾ ਜਿਹੜਾ ਜੁਡੀਸ਼ੀਅਲ ਸਿਸਟਮ ਦੇ ਉੱਪਰ ਰੱਬ ਨਾਲੋਂ ਵੀ ਵੱਧ ਵਿਸ਼ਵਾਸ ਹੈ, ਪਰ 85 ਸਾਲ ਦੇ ਮਦਰ ਨੂੰ ਅਤੇ ਬਾਕੀ ਸਾਥੀਆਂ ਨੂੰ ਮੈਂ ਸਮਝਦਾ, ਚਲੋ ਜੇ ਇਸ ਚੀਜ਼ ਦੇ ਵਿੱਚ ਵੀ ਉਹਨਾਂ ਨੂੰ ਖੁਸ਼ੀ ਮਿਲਦੀ ਹੈ ਦੀਪਾ ਜੀ ਨੂੰ, ਅਤੇ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ। ਤੁਸੀਂ ਹੁਣ ਕਿੱਥੇ ਅਪੀਲ ਕਰ ਰਹੇ ਹੋ? ਇਸ ਤੋਂ ਅਗਲਾ ਸਟੈਪ ਜਿਹੜਾ ਹਾਇਰ ਕੋਰਟ ਦਾ, ਉਹ ਡਿਸਟ੍ਰਿਕਟ ਕੋਰਟ ਹੁੰਦਾ ਜੀ, ਉਹਦੇ ਵਿੱਚ ਅਸੀਂ ਅਪੀਲ ਕਰਾਂਗੇ। ਨਹੀਂ ਸਰ, ਇਹ ਜਾਣਨਾ ਚਾਹੁੰਦੇ ਸੀ ਜਿਵੇਂ ਉਹਨਾਂ ਨੇ ਕਿਹਾ ਕਿ ਤੁਸੀਂ ਉਹਨਾਂ ਦੇ ਘਰ ਗਏ ਸੀ, ਮਤਲਬ ਉਹ ਉਸ ਬਿਆਨ ਤੁਸੀਂ ਗਏ ਸੀ ਜਾਂ ਨਹੀਂ? ਚਲੋ ਉਹ ਦੇਖੋ ਇਸ ਤਰ੍ਹਾਂ ਹੈ ਕਿ ਉਹ ਜੋ ਮਰਜ਼ੀ ਕਹੀ ਜਾਣ ਜੀ, ਇਹ ਤਾਂ ਹੁਣ ਹਾਇਰ ਕੋਰਟ ਹੈ ਜਿਹੜੀ ਉਹਦੇ ਫੈਸਲਾ ਕਰੂਗੀ, ਠੀਕ ਹੈ ਨਾ। ਸੋ ਇਸ ਕਰਕੇ ਇਹ ਟੋਟਲੀ ਜੋ ਫੈਸਲਾ ਆਮਾ ਜੀ, ਜਿਹੜੀ ਲੜਾਈ ਸੀ ਉਹ ਕਿਸ ਚੀਜ਼ ਦੀ ਲੜਾਈ ਸੀ? ਰਾਜਨੀਤੀ ਦੀ ਲੜਾਈ ਸੀ ਜਾਂ ਪ੍ਰਾਪਰਟੀ ਦੀ ਲੜਾਈ ਸੀ? ਮੈਂ ਦੱਸਦੀ ਹਾਂ ਬਾਈ। ਚਲੋ ਮੰਮੀ ਤੁਸੀਂ ਚਲੋ, ਮੰਮੀ ਨਹੀਂ ਨਹੀਂ ਬੇਟਾ ਨਹੀਂ, ਮੰਮੀ ਚੁੱਪ ਕਰੋ, ਕੋਈ ਨਾ ਕੋਈ ਨਹੀਂ ਕੋਈ ਮੰਮੀ ਦਾ ਮਾਪਾ ਕੋਈ ਨਹੀਂ ਕੋਈ ਨਹੀਂ ਕੋਈ ਗੱਲ ਨਹੀਂ ਜੀ। ਦੇਖੋ, ਰੰਜਿਸ਼ ਤਾਂ ਇਹ ਸਿਆਸੀ ਵੀ ਹੈ, ਰਾਜਨੀਤੀ ਵੀ ਹੈ। ਜਦੋਂ ਡੈਡੀ ਜ਼ਿੰਦਾ ਸੀਗੇ ਉਦੋਂ ਤੋਂ ਹੀ ਦੀਪਾ ਜੀ ਨੂੰ ਇਹ ਸੀਗਾ, ਤੁਸੀਂ ਵੀ ਦੇਖ ਰਹੇ ਹੋ ਕਿ ਕਿੰਨੇ ਕੁ ਡੈਸਪਰੇਟ ਨੇ, ਕਿੰਨੇ ਕੁ ਫਰਸਟ੍ਰੇਟਡ ਨੇ ਵੀ ਮੈਂ ਰਾਜਨੀਤੀ ਦੇ ਉੱਪਰ ਵੀ ਕਬਜ਼ਾ ਕਰ ਲਾਂ, ਮੈਂ ਜਿਹੜੇ ਪ੍ਰੋਪਰਟੀਆਂ ਨੇ ਉਹਦੇ ਉੱਪਰ ਵੀ ਕਬਜ਼ਾ ਕਰ ਲਾਂ। ਅਤੇ ਉਸੇ ਚੱਕਰ ਦੇ ਵਿੱਚ ਉਹਨਾਂ ਨੇ ਇਹ ਸਾਰਾ ਕਾਰਜ ਜਿਹੜਾ ਉਹ ਕੀਤਾ ਸੀਗਾ। ਫਰਸਟ੍ਰੇਸ਼ਨ ਲੈਵਲ ਤਾਂ ਤੁਸੀਂ ਇੱਥੇ ਹੀ ਦੇਖ ਸਕਦੇ ਹੋ ਵੀ ਮੁਕਤਸਰ ਦੇ
ਪਹਿਲਾਂ ਚੰਡੀਗੜ੍ਹ, ਫਿਰ ਸੁਨਾਮ, ਫਿਰ ਇੱਥੋਂ ਕੁਛ ਨਹੀਂ ਬਣਿਆ ਹੈਗਾ, ਫਿਰ ਅਬੋਹਰ ਜਾ ਵੜੇ, ਫਿਰ ਅਬੋਹਰੋਂ ਵਾਪਸ ਆ ਵੜੇ, ਠੀਕ ਹੈ ਨਾ। ਉਹ ਇੰਨੀ ਕੁ ਕ੍ਰੈਡੀਬਿਲਿਟੀ ਹੈ ਜਿਹੜੀ ਉਹ ਖਤਮ ਹੋ ਚੁੱਕੀ ਹੈ, ਨਾ ਕਾਂਗਰਸ 'ਚ, ਨਾ ਅਕਾਲੀ ਦਲ 'ਚ, ਨਾ ਆਪ ਦੇ ਵਿੱਚ, ਸਾਰੇ ਪਾਸੇ ਜ਼ੋਰ ਲਾ ਲਿਆ। ਜੇ ਕੋਈ ਨਹੀਂ ਮੂੰਹ ਲਾਉਂਦਾ ਹੈਗਾ ਤਾਂ ਉਸ ਚੀਜ਼ ਦੀ ਕਿੜ ਸਾਡੇ ਨਾਲ ਜਾਂ ਸਾਡੇ ਪਰਿਵਾਰ ਨਾਲ ਜਾਂ ਮੇਰੇ ਮਦਰ ਨਾਲ ਕੱਢਣੀ, ਉਹ ਜਾਇਜ਼ ਨਹੀਂ ਹੈ। ਪਰ ਫਿਰ ਵੀ ਮੈਂ ਉਹਨਾਂ ਨੂੰ ਕਹਿਣਾ ਵੀ ਜੇ ਉਹਨਾਂ ਨੂੰ ਇਸ ਗੱਲ ਦੇ ਵਿੱਚ ਹੀ ਵੀ ਆਪਦੀ 85 ਸਾਲ ਦੀ ਸੱਸ ਨੂੰ ਸਜ਼ਾ ਕਰਾ ਕੇ ਉਹਨਾਂ ਨੂੰ ਬਹੁਤ ਖੁਸ਼ੀ ਮਿਲੀ ਹੈ ਅਤੇ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ, ਪਰ ਸਾਨੂੰ ਦੇਸ਼ ਦੇ ਜੁਡੀਸ਼ੀਅਲ ਸਿਸਟਮ ਦੇ ਵਿੱਚ ਰੱਬ ਨਾਲੋਂ ਵੀ ਵੱਧ ਕੇ ਯਕੀਨ ਹੈ। ਰੱਬ ਦੇ ਘਰ ਦੇਰ ਹੈ, ਅੰਧੇਰ ਨਹੀਂ ਹੈਗਾ, ਔਰ ਅਸੀਂ ਹਾਇਰ ਕੋਰਟ ਦੇ ਵਿੱਚ ਅਪੀਲ ਕਰਾਂਗੇ। ਠੀਕ ਹੈ, ਠੀਕ ਹੈ ਜੀ, ਥੈਂਕ ਯੂ।